उठा नहीं थी तो तबीयत खराब थी पे चोला पाड़ा गए। ओहो एक ही मामा इतना बहुत बड़ा ध्यान थी तू बैठ गया ध्यान थी गया यार। ए जी बिस्मिल्लाह करा देख जुगाड़ मामा। अस्सलाम वालेकुम दोस्तों, कैसे उम्मीद करता हूँ आप सब खैरियत से होंगे। मेरा नाम है फादर शाह और आप देख रहे हैं मेरे यूट्यूब चैनल एफ यू व्लॉग्स। तो आज है मामे जान की छत्ती। गर्मी है छत बहुत गर्मी है मामो। मामा कैसे पका रखी आज भाई मामे द छाते ते देख मामे को पूछ दिया भाई खवेंदा केड़ी शै पिए मामा कैसे खवेंदा पिए मामा जित गई कसम उम्मीद कौन आई तेरे किथे भाई मामा किधर गिदी बहन मामा कोई डथिया किधर गिदी बहन फुला लड्डन वाह मामा पतीले लड्डन बहन पिए भाई फुला भरे हुए जुगाड़ लेंद पिए ये देख बकाया काम ते बैठे थे साइया कढ़े बैठे क्यों मामा बहुत थक गए केड़ी तकलीफ अच्छा अच्छा सवार है कौन लग दे नहीं अच्छा भेड़ा बैठे मामे बीड़ा भेड़ गई है। हाँ मामा जी क्या हाल है मामा क्यों हो मैं तेरे डाया तो सब बैठे हो छा तल बाद यार उठा नहीं थी तो तबीयत खराब थी पे चोला पाड़ा गए। ओहो एक ही मामा तो बहुत बड़ा ध्यान की थी बैठे ओ मामा ना मोटरसाइकिल के पिछू रेड़ी ला के ते पतीला चावलों का लदी अड़े ते उत्ते एक एहतियात से एक बंदे नी नाल बल्हा दिता भाई चावल कि ढाश आना फुल स्पीड दी चाहे बिल चगो हटा गए। जी आया नू जी आया नू ए जी बिस्मिल्लाह करा देख जुगाड़ मामा आय हाय 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 ये नाल एहतियात वास्ते मामे नी बल्हाया भाई पतीला ढह ना भाई और मैं नहीं चढ़ाई खड़ो तू देना कमरे शमरे ना अपने पट सटे मतलब के नवे मकान पहनते पहनना पर मामे आखे दे नाल ना चाचे ना दे घर असन जगह बढ़ाई भाई सारे बाह के खासे नु अद्धे बंदे तो अपने घर गए क्योंकि मुंह हाथ धो के फ्रेश थी के कपड़े वटा के आ वड़ से वाह मामा वाह ओए होए होए हे वी ब्रो खुशबू सा ना दी पे लेकिन थो ना दी पई उस मामा मैं ना पावा
ਤੀਨ ਸਾਡੇ ਖੋਤੇ ਨੇ ਹਾਰਟ ਅਟੈਕ ਛੀ ਗਿਆ ਨੇ ਮੋਟਰਸਾਈਕਲ ਮਾਮੇ ਦਾ ਡਹਿ ਗਈ ਖਰਲੇ ਦੀ ਜਾਤ ਇਹਨਾਂ ਮੋਟਰਸਾਈਕਲ ਗਿਰ ਗਈ ਮਾਮਾ ਦਾ ਮਾਂ ਜਿਹੜਾ ਉਹ ਚਾਈ ਨੀ ਖਲੈਂਦਾ ਹੱਥ ਦੇ ਵਿੱਚ ਪਲੇਟਾਂ ਮੈਂ ਤੇ ਗੁੱਸਾ ਥੀਂਦਾ ਪਿਆ ਤਾਂ ਕਿ ਬਣੇ ਨੇ ਬੈਠੇ ਟਾਈਮ ਮੋਬਾਈਲ ਚਾਈ ਖਲੋਨੇ ਕੋਈ ਬੰਦਾ ਨਾ ਕੰਮ ਨਾ ਪੀ ਮੈਂ ਲੱਗਦਾ ਮੈਂ ਨਾ ਆਪਣੀ ਨਾ ਪਾਵਣਾ ਪੁੱਛ ਕੋਈ ਨੇੜੇ ਨਹੀਂ ਲੱਗਦਾ ਵੀ ਅਵਾਮ ਆਖਿਆ ਸੀ ਅੱਧੇ ਘੰਟੇ ਤੋਂ ਬਾਅਦ ਅਸਾਂ ਸਹੀ ਫਰੈਸ਼ ਕਰਕੇ ਕੁਛ ਹੈ ਖਵੀ ਸੀ ਤਾਂ ਅਸਲ ਗੱਲ ਇਹ ਖੋਤੀ ਬਚ ਗਈ ਖੋਤੀ ਬਚ ਗਈ ਲੇਕਿਨ ਸਾਈ ਦੋਸਤੋ ਅੱਲਾ ਦੇ ਫਜ਼ਲ ਔਰ ਕਰਮ ਨਾਲ ਮਾਮੇ ਦੇ ਛੱਤ ਮੁਕੰਮਲ ਥੀ ਗਏ ਲੇਪ ਸ਼ੇਪ ਉੱਤੇ ਦਿੱਤਾ ਗਈ ਹੈ ਤੇ ਅਸਾਂ ਅਲਹਮਦੁਲਿਲਾ ਚਾਵਲ ਵੀ ਖਾ ਕੇ ਹੁਣ ਆਏ ਬੈਠੇ ਹਾਂ ਝਾੜੀ ਤਲੇ ਪੱਗਰ ਸੁੱਕ ਕਹਿੰਦੇ ਬੈਠਿਆਂ ਤੋਂ ਲੇਕਿਨ ਇੱਕ ਗੱਲ ਭੁੱਲ ਗਿਆ ਮੈਂ ਗਿਨਾਇਆ ਧੋਤੀ ਬਈ ਮੈਂ ਮਾਮੇ ਨੂੰ ਬਨਹੇਸਾਂ ਲੇਕਿਨ ਨਾ ਬਣ ਸਕਾ ਕਿਉਂਕਿ ਮੈਨੂੰ ਯਾਦ ਵੀ ਨਹੀਂ ਆਈ ਵਲੌਗ ਦੇ ਚੱਕਰਾਂ ਵਿੱਚ ਇਹ ਧੋਤੀ ਮੈਂ ਭੁੱਲ ਗਈ ਹਾਂ ਚਾਵਲ ਸ਼ਾਵਲ ਖਾ ਕੇ ਅਤੇ ਮਾਮਾ ਹੁਣ ਪਤੀਲੇ ਦੇ ਸਾਹਮਣੇ ਬੈਠੇ ਮਤਲਬ ਡੇਢ ਅਵਾਮ ਬਾਕੀ ਬਚ ਗਈ ਉਹਨਾਂ ਨੂੰ ਚਾਵਲ ਵਗੈਰਾ ਖਵਾਉਂਦਾ ਪੀ ਲੇਕਿਨ ਅਰਮਾਨ ਮੈਨੂੰ ਇਸੇ ਗੱਲ ਦਾ ਲੱਗਾ ਬੈਠਾ ਬਈ ਮੈਂ ਉਸ ਨਾ ਅਸਲ ਸਾਡੇ ਪਾਸੇ ਇਹ ਨਿਜ਼ਾਮ ਹੁੰਦਾ ਬਈ ਜਿੰਨੀ ਛੱਤ ਥੀ ਵਨੇ ਨਾ ਡੇਢ ਬੰਦੇ ਦਾ ਉਸ ਨਾਲ ਅਸਾਂ ਸਿਰ 'ਤੇ ਧੋਤੀਆਂ ਬੰਨ੍ਹੀਆਂ ਹੁੰਦੀਆਂ ਲੇਕਿਨ ਉਹ ਤਾਂ ਹੁਣ ਸੀਨ ਗਏ ਚੁੱਪ ਹੁਣ ਇਹਨਾਂ ਹੱਥ ਦੇ 'ਚ ਨਾ ਪਾ ਰਹੇ ਸਨ ਬਈ ਇਹ ਮਾਮਾ ਇਹ ਧੋਤੀ ਗਏ ਚਿੱਟੀ ਧੋਤੀ ਹੈ ਮੈਂ 300 ਰੁਪਈਆ ਭਰ ਕੇ ਕਾਟਨ ਦੀ ਧੋਤੀ 300 ਰੁਪਈਆ ਭਰ ਕੇ ਘਿਨ ਆਇਆ ਲੇਕਿਨ ਇਹ ਫਜ਼ੂ ਲੱਗੀ ਗਈ ਹੈ ਮਤਲਬ ਜਿਹੜੀ ਅਸਾਂ ਡੈਕੋਰੇਸ਼ਨ ਬੜਾ ਹੋਆ ਸੀ ਉਹਦੇ ਸਿਰ 'ਤੇ ਵਲੇਟੂ ਸ਼ੇਟੂ ਆ ਸੀ ਉਹ ਕੰਮ ਤਾਂ ਨਹੀਂ ਅੱਛਾ ਪੜਾਓ ਨਾ ਤੁਸਾਂ ਨਾ ਉਸ ਮੰਨ ਕੇ ਇਹ ਚਾਚਾ ਥੋੜ੍ਹਾ ਸੁਣ ਨਹੀਂ ਸਕਦਾ ਅਤੇ ਬੋਲ ਵੀ ਨਹੀਂ ਸਕਦਾ ਅਤੇ ਮਾਸ਼ਾ ਅੱਲਾ ਬੜਾ ਇੰਨੀ ਖੁਸ਼ ਦਿਲ ਬੰਦਾ ਹੈ ਬਾਈ ਅੱਠੇ ਟਾਈਮ ਮੁਸਕਰਾਉਂਦਾ ਵੱਧ ਆਉਂਦਾ ਮਾਸ਼ਾ ਅੱਲਾ ਅੱਛੀ ਗੱਲ ਬਹੁਤੀਆਂ ਅਤੇ ਹੁਣ ਸਾਡਾ ਪ੍ਰੋਗਰਾਮ ਬਣਾ ਬੈਠੇ ਬਾਈ ਯਾਰ ਜਿਹੜੇ ਵਾਲ ਸ਼ਾਲ ਇਹਨਾਂ 'ਤੇ ਕੱਪੜੇ ਛੱਪੜਾਂ 'ਤੇ ਸਾਰੀ ਮਿੱਟੀ ਛਿੱਟੀ ਲੱਗੀ ਪਈ ਅਤੇ ਵਨ ਕੇ ਟੋਇਲ 'ਤੇ ਥੋੜ੍ਹਾ ਧਾ ਵਾਂ ਕਿਉਂਕਿ ਫਰੈਸ਼ ਥੀ ਵੇ ਨਾ ਦੋਸਤੋ ਅੱਲਾ ਅੱਲਾ ਕਰਕੇ ਆਖਿਰਕਾਰ ਮੈਂ ਪੈਦਲ ਆਪਣੇ ਘਰ ਪਹੁੰਚਾਇਆ ਅਤੇ ਜਿਹਦੇ ਪਿਆ ਸੋ ਪੱਖਾ ਵੀ ਮਤਲਬ ਸਲੋ ਸਲੋ ਚੱਲਦਾ ਖਲੇ ਅਤੇ ਬਿਜਲੀ ਵੀ ਕੋਈ ਨਹੀਂ ਅਤੇ ਪਲੇਟ ਵੀ ਛਾਂ 'ਤੇ ਆਈ ਪਈ ਪਲੇਟ ਨੂੰ ਧੁੱਪ 'ਤੇ ਕਰੇ ਨੇ ਆ ਅਤੇ ਥੋੜ੍ਹਾ ਬੜਾ ਪਸੀਨਾ ਸੁਕੈਨੇ ਆ ਪਸੀਨਾ ਸੁਕਾ ਕੇ ਅਤੇ ਉਸ ਤੋਂ ਬਾਅਦ ਵੱਧ ਕੱਪੜਾ ਸਮੇਤ ਹੀ ਧਾ ਪੁਸਾਂ ਵੱਧ ਧਾ ਕੇ ਤਾਂ ਸਮ ਪੁਸਾਂ ਮਜ਼ੇ ਦੇ ਸਾਂਭ ਕੇ ਅਤੇ ਬਾਅਦ ਉੱਠੀ ਕੇ ਥਾਂ ਨਾਲ ਮਿਲ ਸੀ ਇਸ ਦੀ ਪੀੜੀਏ ਅਤੇ ਇਸ ਰੱਖੇ ਨੇ ਆ ਪਲੇਟ ਵਾਲੇ ਸਿਰ ਦੇ ਤਲ ਪਲੇਟ ਕਰੇ ਨੇ ਧੁੱਪ 'ਤੇ ਕਿਉਂਕਿ ਪੱਖਾ ਨਾ ਬਹੁਤ ਸਲੋ ਚੱਲਦਾ ਪਲੇਟ ਨੂੰ ਦੋਸਤ ਧੁੱਪ ਕੇ ਕਰ ਛੋੜੋ ਸੀ ਉਹ ਮੇਰੇ ਭਾਈ ਨੇ ਪਲੇਟਾਂ ਖਲੀਆਂ ਦੋ ਅਤੇ ਸਾਡੀ ਹੁਣ ਦੋਸਤੋ ਪੱਖੇ ਦੀ ਰਫ਼ਤਾਰ ਦੇਖੋ ਬਹੁਤ ਜ਼ਿਆਦਾ ਤੇਜ਼ ਥੀ ਗਈ ਕਿਉਂਕਿ ਅਗਰ ਪਸੀਨਾ ਆਇਆ ਵਾ ਦੋਵੇਂ ਨਾ ਤਾਂ ਵੱਧ ਬੰਦਾ ਪੱਖੇ ਦੇ ਗੁਬਾਹ ਬਣੇ ਅਤੇ ਜਿਹੜੀ ਠੰਡੀ ਹਵਾ ਲੱਗਦੀ ਹੈ ਨਾ ਕਿਆ ਹੀ ਬਾਤ ਹੈ ਯਾਰ